ਸਾਬਕਾ ਯਾਦਗਾਰੀ ਮਾਲਵਾ ਕਲਾਕਾਰ ਮੰਚ ਵੱਲੋਂ ਅੱਜ 31ਵਾਂ ਇਹ ਸਤਰੰਗੀ ਪੀਂਗ ਤੀਜ ਮੇਲਾ ਲਗਾਇਆ ਗਿਆ ਜੋ ਕੇਵਲ ਔਰਤਾਂ ਲਈ ਹੈ। ਇਹਦਾ ਮੰਤਵ ਹੈ ਕਿ ਆਪਾਂ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਮੋਟ ਕਰੀਏ। ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਪੱਛਮੀ ਸੱਭਿਅਤਾ ਵੱਲ ਝੁੱਕ ਰਹੀ ਹੈ, ਮੋਬਾਈਲਾਂ ਵੱਲ ਝੁੱਕ ਰਹੀ ਹੈ, ਉਹਨਾਂ ਨੂੰ ਅਸੀਂ ਮੋੜ ਕੇ ਆਪਣੇ ਰੰਗਲੇ ਪੰਜਾਬ ਵੱਲ ਲਿਆਈਏ। ਰੰਗਲਾ ਪੰਜਾਬ ਤਾਂ ਬਣਾਵਾਂਗੇ ਜੇ ਅਸੀਂ ਕੁੱਖ ਰੁੱਖ ਅਤੇ ਪਾਣੀ ਨੂੰ ਬਚਾਵਾਂਗੇ। ਕੁੱਖ ਇਕੱਲੀ ਕੁੜੀਆਂ ਦੀ ਕੁੱਖ ਨਹੀਂ ਹੈ, ਤਾਂ ਮੇਰਾ ਇਹ ਹੈ ਕਿ ਅਸੀਂ ਮੁੰਡਿਆਂ ਦੀ ਵੀ ਕੁੱਖ ਬਚਾਉਣੀ ਹੈ। ਸਾਰੀਆਂ ਔਰਤਾਂ ਆਪਣੇ ਬੱਚਿਆਂ ਵੱਲ ਧਿਆਨ ਦੇਣ ਅਤੇ ਨਾਲ ਉਹਨਾਂ ਨੂੰ ਸਮਾਂ ਵੀ ਦੇਣ ਅਤੇ ਆਪਣਾ ਕੰਮ ਜੋ ਹੱਥੀਂ ਕਰਨ। ਤਾਂ ਬਜਾਏ ਇਸ ਦੇ ਕਿ ਜਗ੍ਹਾ ਘੱਟ ਰਹੀ ਹੈ, ਹਰ ਮੇਰੀ ਬੇਟੀ ਹਰ ਮੇਰੀ ਪੋਤੀ ਦੋਤੀ ਇੱਕ ਇੱਕ ਰੁੱਖ ਜ਼ਰੂਰ ਲਗਾਓ ਤਾਂ ਕਿ ਆਪਾਂ ਫਿਰ ਵੀ ਸਤਰੰਗੀ ਪੀਂਗ ਨੂੰ ਚੜਾਉਂਦੇ ਰਹੀਏ ਅਤੇ ਇਹ ਦੇਵਤਾ ਯਾਦਗਾਰੀ ਮੰਚ ਹਮੇਸ਼ਾ ਤੁਹਾਡੀ ਸੇਵਾ ਕਰਦਾ।